ਸੰਗਰੂਰ ਵਿੱਚ ਇੱਕ ਕਬੱਡੀ ਖਿਡਾਰੀ ਬਲਕਾਰ ਸਿੰਘ ਦੀ ਅਚਾਨਕ ਮੌਤ ਹੋ ਗਈ, ਜਿਸ ਕਰਕੇ ਕਬੱਡੀ ਪ੍ਰੇਮੀਆਂ ਵਿੱਚ ਉਦਾਸੀ ਹੈ। ਇਹ ਪਰਿਵਾਰ ਇਸ ਗੱਲ ਨੂੰ ਮੰਨ ਰਿਹਾ ਕਿ ਕਬੱਡੀ ਖਿਡਾਰੀ ਨਸ਼ੇ ਦਾ ਆਦੀ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡਾਕਟਰਾਂ ਦਾ ਪੈਨਲ ਬਣਾ ਕੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ 174 ਦਾ ਮਾਮਲਾ ਦਰਜ ਕੀਤਾ ਹੈ। ਇਸ ਮੌਕੇ 'ਤੇ ਪਰਿਵਾਰਕ ਮੈਂਬਰ, ਕਬੱਡੀ ਕੋਚ ਅਤੇ ਜਾਂਚ ਅਧਿਕਾਰੀ ਨੇ ਕਿਹਾ, ਮੇਰੇ ਕੋਲ 2-3 ਸਾਲ ਰਿਹਾ ਜੀ, ਬਹੁਤ ਵਧੀਆ ਪਲੇਅਰ ਰਿਹਾ ਜੀ, ਬਹੁਤ ਤਕੜਾ ਪਲੇਅਰ ਰਿਹਾ ਜੀ, ਸਾਡੇ ਇਲਾਕੇ ਨੂੰ ਬਹੁਤ ਘਾਟਾ ਪਿਆ ਜੀ, ਨਵਾਂ ਮੁੰਡਾ ਸੀ, ਬਹੁਤ ਤਕੜਾ ਪਲੇਅਰ ਜੀ, ਮੇਰੇ ਕੋਲ ਅਕੈਡਮੀ 'ਚ ਵੀ ਰਿਹਾ ਜੀ। ਇਹ ਆਪਣੀ ਅਕੈਡਮੀ ਗਗਨਪੁਰ ਅਕੈਡਮੀ ਜੀ, ਕਿੱਥੇ ਕਿੱਥੇ ਖੇਡਦਾ ਇਹ ਜੀ, ਪੰਜਾਬ ਦੇ ਲੋਕਲ ਸਾਰੇ ਟੂਰਨਾਮੈਂਟ ਖੇਡਦਾ ਜੀ, ਕਈ ਵਾਰ ਇਹਨੇ ਮੋਟਰਸਾਈਕਲ ਜਿੱਤੇ ਨੇ, ਐਲਈਡੀਆਂ ਜਿੱਤੀਆਂ ਨੇ, ਵੀ ਬਹੁਤ ਟੌਪ ਦਾ ਪਲੇਅਰ ਸੀਗਾ ਜੀ। ਵਰਲਡ ਕੱਪ ਨਹੀਂ, ਵਰਲਡ ਕੱਪ ਨਹੀਂ ਖੇਡਿਆ ਜੀ, ਉੱਦਾਂ ਚੈਂਪੀਅਨਸ਼ਿਪ ਖੇਡਿਆ, ਬਹੁਤ ਜ਼ਿਲ੍ਹੇ ਦੇ ਮੈਚ ਖੇਡਿਆ ਜੀ। ਕਿਸ ਚੀਜ਼ 'ਚ ਮਾਹਿਰ ਸੀਗਾ ਇਹ? ਰੇਡਰ ਸੀਗਾ ਜੀ। ਅੱਛਾ ਜੀ, ਕਿੰਨੀ ਕੁ ਉਮਰ ਦਾ ਜੀ? ਕਹਿੰਦਾ ਜੀ ਉਹ 26-27 ਸਾਲ ਉਮਰ ਹੋ ਜੀ। ਪਹਿਲਾਂ ਤਾਂ ਮੇਰੇ ਘਰ ਵਾਲੀ ਗੁਜ਼ਰੀ ਹੋਈ ਆ, ਮੈਂ ਤਾਂ ਪਹਿਲਾਂ ਹੀ ਦੁਖੀ ਸੀ। ਮੈਨੂੰ ਤਾਂ ਉਰੇ ਆਏ ਤਾਂ ਪਤਾ ਲੱਗਿਆ ਵੀ ਪਤਾ ਨਹੀਂ ਕਿੱਥੇ ਡਿੱਗ ਗਿਆ, ਕਿੱਥੋਂ ਇਹਨੂੰ ਲੈ ਕੇ ਆਇਆ ਕੋਈ। ਮੈਨੂੰ ਤਾਂ ਇਹਨਾਂ ਨੇ ਉਰੇ ਤੜਕੇ ਬੁਲਾਇਆ 9-10 ਵਜੇ, ਮੈਂ ਤਾਂ ਉਰੇ ਆਇਆ, ਉਰੇ ਆਏ ਤੋਂ ਪੂਰਾ ਮੰਗਦਾ ਹੀ ਆ ਜੀ, ਗਰੀਬ ਬੰਦਿਆਂ ਗੇ ਪਹਿਲਾਂ ਹੀ ਮਾਰੇ ਖੜਿਆ ਜੀ। ਕਿੱਦਾਂ ਦਾ ਪਲੇਅਰ ਸੀ ਤੁਹਾਡਾ ਬੇਟਾ ਜੀ? ਵਧੀਆ ਪਲੇਅਰ ਸੀ ਜੀ, ਪੂਰਾ ਇਹਨਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਜੀ। ਅੱਛਾ ਜੀ, ਕਿੰਨੇ ਬੱਚੇ ਨੇ ਤੁਹਾਡੇ ਜੀ? 2 ਨੇ ਜੀ। ਅੱਛਾ ਜੀ, ਇਹ ਵੱਡਾ ਸੀ? ਇਹ ਵੱਡਾ ਸੀ। ਇਹ ਜਿਹੜੀ ਲੜਕੀ ਹੈਗੀ ਹੈ, ਉਹਦੀ ਪਤਨੀ ਹੈ ਕਿ ਉਹਦੀ ਫਰੈਂਡ ਹੈ, ਕੌਣ ਹੈ? ਕਿਹੜੀ ਜੀ? ਜਿਹੜੀ ਲੜਕੀ ਬਿਆਨ ਦੇ ਰਹੀ ਸੀ? ਨਹੀਂ ਨਹੀਂ, ਉਹਦੀ ਕੋਈ ਪਤਨੀ ਨਹੀਂ ਜੀ। ਅੱਛਾ, ਫਰੈਂਡ ਹੈ। ਉਹ ਵਿਆਹਿਆ ਹੋਇਆ ਸੀ ਮੁੰਡਾ? ਪਹਿਲਾਂ ਵਿਆਹਿਆ ਹੋਇਆ ਸੀ ਉਹਦਾ, ਤਾਂ ਆਪ ਉੱਧਰ 'ਚ ਆਪ ਹੀ ਰੌਲਾ ਚੱਲ ਰਿਹਾ ਸੀ ਪਹਿਲਾਂ ਉਹਨਾਂ ਦਾ ਆਪ 'ਚ। ਇਹਦੇ ਨਾਲ ਵਿਆਹ ਹੋਇਆ ਸੀ ਕਿਸੇ ਹੋਰ? ਨਹੀਂ ਨਹੀਂ, ਹੋਰ ਕੁੜੀ ਆ ਉਹਦਾ। ਅਤੇ ਜਿਹੜਾ ਵੀ ਨਸ਼ੇ ਛੱਡਣ ਦੀ ਵੀ ਦਵਾਈ ਚੱਲਦੀ ਸੀ ਜੀ? ਹਾਂਜੀ, ਨਸ਼ੇ ਛੱਡਣ ਦੀ ਦਵਾਈ ਚੱਲਦੀ ਸੀ ਜੀ? ਹਾਂ ਜੀ, ਚੱਲਦੀ ਸੀ। ਅੱਛਾ ਜੀ, ਕਿੰਨੇ ਟਾਈਮ ਤੋਂ ਚੱਲਦੀ ਸੀ? ਆ ਹੁਣੇ ਲੱਗਿਆ ਸੀ, ਮਾੜਾ ਮੋਟਾ ਜਿਹਾ ਟੈਂਸ਼ਨ ਰਹਿੰਦੀ ਦਿਮਾਗ 'ਤੇ ਦੇ ਹਰ ਵਕਤ ਦੀ। ਅੱਛਾ, ਕਿਸ ਚੀਜ਼ ਦਾ ਕਰਦਾ ਸੀ ਜੀ? ਹੈਂ, ਪਤਾ ਨਹੀਂ ਜੀ ਕੀ ਕਰਦਾ ਸੀ, ਸਾਨੂੰ ਤਾਂ ਹੁਣ ਸਾਡੇ ਤਾਂ ਲਵੀ ਨਹੀਂ ਰਹਿੰਦਾ ਸੀ ਇਹ। ਅੱਛਾ ਜੀ, ਹਾਂ ਸਾਡੇ ਲਵੇ ਤਾਂ ਦੋ ਸਾਲ ਦਾ ਲਵੀ ਨਹੀਂ ਸੀ ਰਹਿ ਰਿਹਾ ਸਾਡੇ, ਇੱਥੇ ਇੱਥੇ ਹੀ ਰਹਿੰਦਾ ਸੀ ਸੰਗਰੂਰ ਹੀ। ਅੱਛਾ ਜੀ, ਸਾਨੂੰ ਤਾਂ ਹੁਣ ਕੋਈ ਪਤਾ ਹੀ ਨਹੀਂ ਵੀ ਇਹ ਕੀ ਕਰਦਾ ਸੀ ਕੀ ਨਹੀਂ ਕਰਦਾ। ਇਹ ਜੀ ਸਾਨੂੰ ਅੱਜ ਰਿਪੋਰਟ ਰੁੱਖਾ ਮਸੂਲ ਹੋਇਆ ਸਿਟੀ ਸੰਗਰੂਰ ਤੋਂ ਵੀ, ਐਂ ਕਰਕੇ ਇੱਕ ਡੈੱਡ ਬੋਡੀ ਬਲਕਾਰ ਸਿੰਘ ਦੀ ਪਿੰਡ ਰੂਪਾ ਹੈੜੀ ਇੱਥੇ ਮਿਲੀ ਹੈ, ਕਾਰਵਾਈ ਕੀਤੀ ਜਾਵੇ। ਉਹ ਮੁਨਸ਼ੀ ਨੇ ਮੈਨੂੰ ਨੋਟ ਕਰਾਇਆ ਜੀ, ਉਹ ਤੋਂ ਬਾਅਦ ਮੈਂ ਇਹਦਾ ਵਾਰਸ ਇਹਦਾ ਪਿਓ ਅਵਤਾਰ ਸਿੰਘ ਬਲਕਾਰ ਸਿੰਘ ਦਾ ਸਾਡੇ ਕੋਲ ਜਾ ਕੇ ਬਿਆਨ ਦਿਖਾਈਏ, ਕਹਿੰਦਾ ਮੈਨੂੰ ਇਹ ਮੈਨੂੰ ਮੈਸੇਜ ਮਿਲਿਆ ਸੀ ਵੀ ਐਂ ਕਰਕੇ ਮੇਰਾ ਮੁੰਡਾ, ਉਹ ਕਿਸੇ ਬੰਦੇ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਗਾਣੇ ਗਾ ਸਲਾਹ ਦਿੱਤੀ। ਉਹਨੇ ਆਪਦਾ ਬਿਆਨ ਲਿਖਿਆ ਜੀ, ਜਿਹੜਾ ਬਿਆਨ ਦੇ ਵਿੱਚ ਉਹ ਕਹਿੰਦਾ ਵੀ ਇਹ ਬੰਦਾ ਡਿੱਗਿਆ, ਪਰ ਸਾਨੂੰ ਕਿਸੇ ਕੋਈ ਸ਼ੱਕ ਸੋਭਾ ਕੋਈ ਨਹੀਂ ਹੈ, ਅਤੇ ਇਹ ਉਹਦੇ ਬਿਆਨ ਦੇ ਹਿਸਾਬ ਨਾਲ ਹੀ 176 ਦੀ ਕਾਰਵਾਈ ਕੀਤੀ। ਨਸ਼ੇ ਦੀ ਓਵਰਡੋਜ਼ ਕੋਈ ਨਹੀਂ, ਨਸ਼ੇ ਬਾਰੇ ਕੁਛ ਨਹੀਂ ਦੱਸਿਆ ਜੀ, ਉਹ ਬਾਕੀ ਡਾਕਟਰ ਸਾਹਿਬ ਥੋੜ੍ਹੇ ਤੋਂ ਬਾਅਦ ਪਤਾ ਲੱਗ ਜੂਗਾ। ਹਾਂ, ਸਾਨੂੰ ਨਸ਼ੇ ਬਾਰੇ ਕੁਛ ਨਹੀਂ ਪਤਾ, ਜਿਹੜਾ ਮੈਂ ਹੁਣ ਡੈੱਡ ਬੋਡੀ ਦੇਖਣੀ ਹੈ। ਅੱਛਾ, ਹਾਂ ਇਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ, ਸਾਨੂੰ ਜਿਹੜਾ ਉਹਨੇ ਦਿਖਾਇਆ ਵੀ ਬਿਆਨ ਦੇ ਆਧਾਰ 'ਤੇ ਸੀ ਕਾਰਵਾਈ ਕਰਦੇ। ਮੇਰੀ ਪਤਨੀ ਨੇ ਸਾਨੂੰ ਉਹ ਸਰ ਮੇਰੇ ਕੋਲ ਨਹੀਂ ਆਈ ਜਿਹਦਾ ਨਾ ਹੀ ਆਪਾਂ ਨੂੰ ਪਤਾ।